मेरा सारे दिए नार जत तक कादू ना मेरा के कसो रहा है सब पांच नाल मेरे साल ते कष्ट ता है गया तू नार जत तक कर सही कह ला रे ने तू तो कर तिमी कंजरी लफाट बंदा मित्रो कदरी कर बसा सकदे पहले ही आ जांदे मैं सरपंच नाल काणू आंदी नाले पर टाइम नाल मुड़ जांदे हां देख टाइम किन्ना हो गया सरपंच नाल दा तू आई आ मैं आया की लोड़ती सरपंच नाल ओथे नाले पैर जे मारदी फ्री गई मेरे साल दे 5 बजे दे तड़के ड्यूटी ते भी जाना ਅਜੇ ਹੋਮਵਰਕ ਪਿਆ ਬੱਚੇ ਵਾਲਾ ਉਹ ਚੈੱਕ ਕਰਨਾ ਫਿਰ ਤੁਸੀਂ ਕਹਿ ਦਿੰਦੇ ਨਾ ਜਾ ਮੈਂ ਚੱਲਦਾ ਤੇਰੇ ਨਾਲ ਮੈਂ ਕਾਹਨੂੰ ਆਉਂਦੀ ਕਾਹਨੂੰ ਆਉਂਦੀ ਐਵੇਂ ਸਾਨ ਕਰਾਇਆ ਅਗਲੇ ਦਾ ਨਾਲੇ ਕੋਈ ਨਾ ਸਰਪੰਚ ਨਾਲ ਤਾਂ ਹਜੇ ਮੈਂ ਦੇਖੂਗਾ ਮੈਂ ਉਹਨੇ ਕੀ ਕੀਤਾ ਦੱਸ ਸਰਪੰਚ ਸਾਰਾ ਮੈਨੂੰ ਛੱਡਣ ਗਿਆ ਇੱਕ ਤਾਂ ਕਰੀ ਨਹੀਂ ਹੈਗਾ ਇਹ ਸਰਪੰਚ ਨੇ ਬਥੇਰਾ ਕੁਝ ਕਰਤਾ ਮੇਰੇ ਸਾਰੇ ਦਿਨ ਕੋਈ ਨਾ ਤਾਂ ਨਾਲ ਗੰਦ ਹੋਈ ਹੋਈ ਆਪਨ ਕਹੇ ਤਾਂ ਬੈਠੂ ਹੁਣ ਤਾਂ ਨਾ ਮੈਨੂੰ ਐ ਦੱਸ ਜਿਹੜਾ ਮੇਰੀ ਮਾਂ ਸਮਾਨ ਦਿੰਦੀ ਤੀ ਜੇ ਲੈ ਆਂਦਾ ਤੇਰੀ ਠੁੱਕ 'ਚ ਫਰਕ ਪੈ ਜਾਂਦਾ ਪੈਂਦਾ ਤੀ ਬੜਾ ਮੇਰੇ ਸਾਲਿਆਂ ਨੇ ਮੈਨੂੰ ਸਿਆਉਣੇ ਦਾ ਸੈੱਟ ਦਿੱਤਾ ਸੀਗਾ ਇੱਕ ਚੁੱਲ੍ਹਾ ਜੇ ਤਾਂ ਉਹ ਉੱਥੇ ਫੁੱਟ ਗਿਆ ਵੇ ਮਾਵਾ ਤਾਂ ਹੁਣ ਧੀਆਂ ਦਾ ਕਰਦੀਆਂ ਹੀ ਨੇ 100-100 ਚੀਜ਼ਾਂ ਦੇ ਕੇ ਤੋੜਦੀਆਂ ਪੇਕਿਆਂ ਤੋਂ ਨਾਲੇ ਮੇਰਾ ਭਾਈ ਦੇਖ ਲੈ ਵਿਚਾਰਾ ਕਿੰਨਾ ਪਿਆਰ ਕਰਦਾ ਤੈਨੂੰ ਰਹਿਣ ਦੇ ਬਾਬਾ ਗੁਰੂ ਤੇਰੇ ਭਾਈ ਨੂੰ ਤਾਂ ਰਹਿਣ ਦੇ ਮੇਰੇ ਸਾਲਿਆਂ ਤੋਂ ਲੋਲੋ ਵੇ ਲੈ ਜਾਂਦਾ ਉਹਦੀ ਬੜਾ ਕਰਦਾ ਪਿਆਰ ਆ ਉਹਦਾ ਬਲੱਤ ਕਰ ਕਰ ਨੂੰ ਫਿਰਦਾ ਮੇਰਾ ਸਾਲਾ ਮੇਰੇ ਨਾਲ ਇੱਕ ਮੁਰਗਾ ਰੱਖ ਰੱਖਿਆ ਉਹਨੇ ਬੰਦੇ ਵਾਲੀਆਂ ਗੱਲਾਂ ਹੈਗੀਆਂ ਨੇ ਉਹਦੀਆਂ ਲੈ ਬੁਲਾ ਕੇ ਕਿਸੇ ਥਾਂ ਦਾ ਮੇਰੀ ਮਾਂ ਬਥੇਰਾ ਮਰੀ ਜਾਂਦੀ ਆ ਮੇਰਾ ਜਮਾਈ ਆਇਆ ਮੇਰਾ ਜਮਾਈ ਆ ਹਾਂ ਹਾਂ ਤੈਨੂੰ ਪਤਾ ਤੇਰਾ ਜਮਾਈ ਆਇਆ ਫਲਾਣਾ ਨਾ ਲੈ ਕੇ ਆਂਦਾ ਕੋਈ ਚੀਜ਼ ਬਗਾ ਬਗਾ ਕੇ ਕਾਤੋਂ ਮਾਰੀਆਂ ਵਿਚਾਰਿਆਂ ਦੀ ਇੱਜ਼ਤ ਤਾਂ ਰੱਖ ਲੈਂਦਾ ਮਾੜੀ ਮੋਟੀ ਘਰ ਲਿਆ ਕੇ ਸਿੱਟ ਦਿੰਦਾ ਭਾਈ ਮੈਨੂੰ ਲੋੜ ਨਹੀਂ ਹੈਗੀ ਇਹ ਜੇ ਕਹੇ ਦੀ ਮੇਰੇ ਨਾਲ ਬੜਾ ਬਕਵਾਸ ਰਾਮਾ ਨੇ ਮੇਰਾ ਹਰਖ ਜੜਿਆ ਬਦਨ ਦੱਸਾਂ ਮੈਂ ਤੈਨੂੰ ਜਦ ਵੀ ਪੇਕੇ ਲੈ ਕੇ ਜਾਂਦੀ ਆ ਪਹਿਲਾਂ ਵਿਆਹ ਤੇ ਜਲੂਸ ਕੱਢਿਆ ਅੱਜ ਫੇਰ ਕੱਢਿਆ ਵੀ ਮਾਰ ਨਾ ਦੀ ਗੇਰ ਨਾ ਦੀ ਮੈਨੂੰ ਹੌਲੀ ਬੋਲ ਬੋ ਪਿੰਡ ਵਾਲੇ ਆ ਗਏ ਅਰੇ ਬਾਬੇ ਜੀ ਆ ਗਏ ਤੈਨੂੰ ਨਹੀਂ ਦਿਖਦਾ ਪਿੰਡਾ ਕੁੜੀਆਂ ਮਾਰਦਾ ਜੇ ਸਿੱਟ ਤੇ ਫੇਰ ਮੱਲੇ ਮੱਟੀ ਖਰਾ ਨਹੀਂ ਪੈ ਜੂਗੀ ਮੇਰੇ ਲੱਗਾ ਮੇਰੇ ਸਾਲੇ ਜੇ ਤੈਨੂੰ ਟੈਗ ਹੋ ਜੇ ਤੈਨੂੰ ਟੈਗ ਹੋ ਜੇ ਤੈਨੂੰ 70,302 ਗਲਤ ਕੁੜੀਏ ਹਾਂ ਪਤਾ ਨਹੀਂ ਕਿੱਥੇ ਆ ਗਿਆ ਕਲਮੂਹਾ ਕਲੂ ਗਈ ਤਾਂ ਤੂੰ ਆ ਵਾਲਾ ਨਾ ਮੋਰ ਮਸ ਛੇ ਛੜ ਦੂੰ ਜੇ ਚਲੋ ਸੀ ਕੱਟਣੀ ਸੀ ਖਾਣੂ ਵਾਲਾ ਸੀ ਕੁਰੇ ਚੱਲ ਲੋ दोस्तों सिर्फ आईपीएल देखना ही नहीं बल्कि अपने ओपीनियन देकर जित सकते हो लॉर्ड्स ऑफ प्राइज सो भी सिर्फ और सिर्फ lords365.in ते इत्थे तुहानू बहुत तरह के सवाल मिलते हैं जिवें कि कौन टॉस जितेगा कौन मैच जितेगा इत्थे तुसीं 50 तो बस सवालों के जवाब देकर जित सकते हो बहुत सारे प्राइजेस जल्दी जाओ lords365 ते रजिस्ट्रेशन करवाओ तो पाओ नाल दियां 365 रुपए का बोनस दोस्तों इत्थे तुहानू 24 घंटे कस्टमर स्पोर्ट्स सर्विस भी मिलती है इत्थे क्रिकेट तो इलावा 200 तो ज़्यादा सवाल मिलते हैं जिन्हां दे ओपीनियन देकर तुसीं बहुत सारे प्राइजेस जित सकते हो दोस्तों इस ब्रांड के ब्रांड एंबेसडर इंडिया के बहुत ही मशहूर अदाकार जिवें कि नवाजुद्दीन सदीकी सुनील सैटी नेहा शर्मा काजल अग्रवाल उर्वशी रतेला आदि हैं दोस्तों टाइम ना लाओ जल्दी जाओ ऐप नूं इंस्टॉल करो लिंक नीचे डिस्क्रिप्शन विच दिता होया हो बैठा मेरा सड़ा चावरा कोई ना पैर थले बटेरा होगा देख लो जी मुंह किवें साला कनखा कनखा जागदा सही गल आ भाई बल गया नहीं साले चो हले कोई ना भाई बल तां हुण इहदा मैं कड्डूं ये तो तुम राजीनामा कर लिया मैं तो साले दियाँ किसियाँ करा के छड्डू नाले बिच्ची लपेटू ए साले नू साले नू क्यों साले ने की करता वो मैं भाई दलबीर दे सहुरे गया सी अच्छा मेरे साले ने मिलन सारी मेनू कुत्ते खानी करी मैनू कहिंदा हाँ तू कौन है गेटा चो ही मोड़ता जमी साले नू अकल नहीं बोलन दी पूरा भी दोहे इक्को जने ਅਦਾ ਬਈ ਉਹੀ ਗੱਲ ਹੋਈ ਲੰਡੇ ਨੂੰ ਲੜਾ ਸੌ ਕੋ ਤੋਂ ਬਲ ਪਾ ਕੇ ਟੱਕਰ ਲੜਾ ਕਿਹਨੂੰ ਕਿਹਾ ਓਏ ਮੈਂ ਮਾਸਟਰ ਹੋਣਾ ਦੀ ਗੱਲ ਕਰਦਾ ਸੀਗਾ ਅੱਛਾ ਅੱਛਾ ਵੀ ਉਹਦੇ ਉਹ ਸੌਰੇ ਵੀ ਇਹ ਜੀ ਨਿਕਲੇ ਹੋਏ ਤੇ ਕਰੂੰ ਬਈ ਲੋਟ ਇਹਨੂੰ ਤਾਂ ਮੈਂ ਉੱਤਰ ਇੰਨਾ ਵਜਨ ਝਲਦਾ ਨਹੀਂ ਇਹ ਤੇ ਤੂੰ ਦਿਮਾਗ ਤੇ ਵਜਨ ਫੇਰ ਆ ਆ ਗੇਟ ਜਾ ਖੁੱਲੀ ਪਿਆ ਤੀ खत्म हो गया लेवल बौला पुत ना पुत क्या रो ना बौला लै है बौला ना रो ना पुत ना ਆ ਮੇਰਾ ਪੁੱਤ ਦਾ ਮਨ ਨਾ ਅੱਖਾਂ ਦਾ ਮੂਰੇ ਕਰ ਦੇ ਜੋ ਚਾਹੇ ਲੇਡੀ ਜੀ ਨੂੰ ਪਾਣੀ ਦਾ ਗਲਾਸ ਲਿਆ ਭਾਈ ਨਾ ਪੁੱਤ ਬੋਲਾ ਮੈਂ ਹੈਗਾ ਹੈਗਾ ਮੇਰਾ ਚਾਚਾ ਵੀ ਜਾ ਜਾ ਜਾਂਦਾ ਤੇਰੇ ਨਾਲ ਉਹ ਵੀ ਇੰਨਾ ਮੋਹ ਕਰਦਾ ਤੀ ਉਹ ਵੀ ਤੇਰਾ ਤਾਇਆ ਜਿਉਂਦਾ ਨਾ ਪੁੱਤ ਹੈ ਇਹ ਲੇਡੀ ਜੀ ਨੂੰ ਮੇਰੇ ਮੂਰੋਂ ਕਰਦੇ ਹੁਣ ਪਰਾਂ ਮੈਂ ਨਹੀਂ ਵਰਤਦਾ ਨਾਲ ਅੱਜ ਜਿਹੜਾ ਮੇਰਾ ਮੂੰਹ ਕਾਲਾ ਕਰਦਾ ਤਾਇਆ ਨਾ ਪਾਣੀ ਲਿਆ ਦੇ ਭਾਈ ਮੈਂ ਉਰੇ ਆ ਕੇ ਰੋਇਆ ਤਾਇਆ ਮਤਲਬ ਜਦੋਂ ਸਦਾਮ ਮੈਂ ਨੰਗਿਆ ਆ ਖੜਿਆਲ ਮੈਂ ਨੰਗਿਆ ਆ
ਸਿਰੋਂ ਮੈਂ ਨੰਗੇ ਆਇਆ, ਲੌਂਗ ਵਾਲ ਮੈਂ ਨੰਗੇ ਆਇਆ, ਬਰਬਰ ਮੈਂ ਨੰਗੇ ਆਇਆ, ਹਰੀਗੜ੍ਹ ਮੈਂ ਨੰਗੇ ਆਇਆ, ਬਰਨਾਲਾ ਮੈਂ ਨੰਗੇ ਆਇਆ, ਪਰ ਤਾਇਆ ਜਨਾਨੀਆਂ ਵਰਗਾ ਭਾਈ ਆ, ਜਦੋਂ ਜੀ ਕਰਦਾ ਠਾ ਢਾ ਲੈਂਦਾ, ਡੀਜੇ ਤੇ ਹੁਣੇ ਕੁੱਟਿਆ, ਕੱਲ ਘਰੇ ਹੁਣੇ ਕੁੱਟਿਆ, ਕੀ ਕਸੂਰ ਹੋ ਗਿਆ ਭਾਈ ਸਾਡੇ ਮੁੰਡੇ ਤੋਂ? ਐਂ ਦੱਸ ਪਹਿਲਾਂ ਮੈਨੂੰ, ਹੈ ਤੈਨੂੰ ਮਾਣ ਤਾਣ ਨਾਲ ਰੱਖਦਾ ਹੈ, ਇੱਜ਼ਤ ਕਰਦਾ, ਖਾਣ ਪੀਣ ਨੂੰ ਦਿੰਦਾ, ਚੰਗਾ ਪਹਿਨਣ ਨੂੰ ਦਿੰਦਾ, ਤਾਂ ਘਟਾਉਣੀ ਹੈ ਇਹਨੂੰ? ਤਾਇਆ ਇਹਨੂੰ ਇਹ ਗੱਲ ਕਹਿੰਦੇ, ਦੇਖੋ ਹਾਥੀ ਦੀ ਪੈਰ 'ਚ ਸਾਰੀਆਂ ਪੜ ਆ ਜਾਂਦੀਆਂ ਨੇ, ਜਦੋਂ ਮੈਂ ਕੋਈ ਪੀਤੀ ਨਹੀਂ ਹੋਈ, ਜਦੋਂ ਮੇਰਾ ਬਲੱਡ ਵੱਧ ਜਾਂਦਾ ਫਿਰ ਮੈਂ ਐਵੇਂ ਉਹ ਕਰਦਾ, ਹੈ ਨਾ, ਮੇਰਾ ਫੂਡ ਮੇਰੇ ਅੱਡ ਧਰਦੇ, ਠੀਕ ਹੈ, ਮੇਰਾ ਰਜਿਸਟਰ, ਮੇਰਾ ਹੈ ਨਾ ਡਰੈਸਿੰਗ ਸਾਰਾ, ਹੈ ਨਾ, ਮੇਰੇ ਸ਼ੂਜ ਅੱਡ ਤਰਦ, ਤੂੰ ਤਾਂ ਅੱਖਾਂ ਤੋਂ ਮੂਹਰੇ ਹੋ, ਪਰਾ ਹੋ ਜਾ ਮੇਰੀ ਗੱਲ ਸੁਣ, ਮੈਂ ਨਹੀਂ ਵਰਤਦਾ ਇਹਦੇ ਨਾਲ, ਇਹਦਾ ਭਾਈ ਮੈਨੂੰ ਤੀਜੇ ਦਿਨ ਦੈੜ ਦੈੜ ਕੁੱਟ ਦਿੰਦਾ, ਕੀ ਗੱਲ ਬਾਈ, ਮੈਂ ਮਿੱਟੀ ਦਾ ਬਣਿਆ ਹੋਇਆ, ਮੈਂ ਕਿਉਂ ਨਹੀਂ ਬੋਲ ਰਿਹਾ? ਮੈਂ ਤਾਂ ਨਹੀਂ ਬੋਲਿਆ, ਜੇ ਮੈਂ ਬੋਲ ਪਿਆ ਮੇਰੇ 'ਤੇ ਕੋਈ ਕਾਰਵਾਈ ਕੁਛ ਵੀ ਹੁੰਦਾ, ਮੇਰੀ ਗਾਹਾਂ ਪੋਸਟ ਨਹੀਂ ਆਈ, ਮੈਨੂੰ ਅਭਿਆਨ ਨੇ 3 ਵਾਰੀ ਚੁਣਤਾ ਗਾਹਾਂ, ਹੁਣ ਮੇਰਾ ਮੈਨੂੰ ਸ਼ੱਕ ਪੈਂਦਾ ਮੈਨੂੰ ਵੱਡਾ ਬਣਾਉਣਗੇ ਉਹ, ਇਹਦੇ ਨਾਲ ਮੇਰਾ ਕੋਈ ਇਲਾਕਾ ਤੇਗਾ ਨਹੀਂ ਗਾ, ਠੀਕ ਆ, ਮੈਨੂੰ ਸਭ ਪਤਾ ਲੱਗ ਗਿਆ ਇਹ ਕੀ ਕਰਦੀ ਫਿਰਦੀ ਹੈਗੀ, ਠੀਕ ਆ, ਮੈਂ ਵੀ ਬਾਈ ਗਲਤ ਸੰਬੰਧ ਬਣਾਊਂਗਾ, ਮੈਂ ਵੀ ਹੁਣ ਫਿਰ ਕਹਿੰਦਾ ਤਾਇਆ ਮਾਰਦਾ, ਮਾਰੂ ਨਹੀਂ ਤਾਇਆ, ਗੱਲਾਂ ਦੇਖ ਲਾ ਕਹੀ ਗਈਆਂ ਕਰਦਾ। ਓਏ ਪੁੱਤ, ਜਦੋਂ ਤੈਂ ਮੈਨੂੰ ਫੋਨ ਕਰਿਆ ਨਾ, ਮੇਰੇ ਤਾਂ ਕਾਲਜ ਅੱਗ ਲੱਗ ਗਈ, ਮੈਂ ਤਾਂ ਕਾਲਜਾ ਬਰੂਦਿਆ ਗਿਆ, ਮੇਰਾ ਤਾਂ ਆਪ ਕਾਲਜਾ ਮੁੱਛਿਆ ਪਿਆ, ਮੈਂ ਉਦੋਂ ਦਾ ਮੈਂ ਤਾਂ ਉਰੇ ਬੈਠਾ ਆ ਕੇ, ਮੈਂ ਤਾਂ ਜੇ ਮੇਰਾ ਬਸ ਚੱਲਦਾ ਨਾ, ਮੈਂ ਤਾਂ ਤੇਰਾ ਕਾਲੇ ਮੂੰਹ ਨਾਲ ਹੋਣੇ ਨਾ ਦਿੰਦਾ ਰਹੇ, ਮੈਂ ਤੇਰਾ ਪਿਓ ਸੀ, ਤੇਰੇ ਪਿਓ ਨਾਲ ਮੇਰੀ ਘੱਟ ਬਣਦੀ ਸੀ ਤੈਨੂੰ ਵੀ ਪਤਾ ਹੈ, ਮੈਂ ਤਾਂ ਬੁਲਾਡੇ ਗਿਆ ਹੋਇਆ ਸੀ ਭਾਈ, ਜਦੋਂ ਇਹਨੂੰ ਦੇਖਣ ਗਿਆ, ਕਿਸੇ ਸਿਆਣੇ ਬੰਦੇ ਨੇ ਕਹਿ ਤਾ ਹੋਣਾ ਵੀ ਵੱਡਾ ਮੁੰਡਾ ਭਾਈ, ਵੱਡਾ ਭਾਈ ਆ ਤੇਰਾ, ਉਹਨੂੰ ਤਾਂ ਲੈ ਜਾਓ, ਬੁਲਾਡੇ ਮੈਨੂੰ ਪੁਲ 'ਤੇ ਖੜ ਕੇ ਫੋਨ ਕਰਤਾ, ਕਹਿੰਦਾ ਆ ਜਾ ਆਖੇ, ਆ ਜਾ ਮਖਤਿਆਰਿਆ, ਕਹਿੰਦਾ ਕੁੜੀ ਦੇਖ ਕੇ ਆਉਂਦਿਆਂ, ਮੈਂ ਕਿਉਂ ਜਾਵਾਂ ਬਾਈ, ਓ ਕਿਉਂ ਜਾਵਾਂ ਮੈਂ, ਮੇਰੀ ਤਾਂ ਦਾੜੀ ਸੀ, ਮੈਂ ਕਿਉਂ ਬੇਇੱਜ਼ਤੀ ਕਰਾਉਂਦਾ ਆਪਦੀ, ਮੈਂ ਤਾਂ ਗਿਆ ਨਹੀਂ, ਮੈਂ ਤਾਂ ਜਵਾਬ ਦਿੱਤਾ, ਜੇ ਮੈਂ ਵਗ ਜਾਂਦਾ ਮੈਂ ਨਹੀਂ ਹੋਣ ਦਿੰਦਾ, ਮੇਰੇ ਦਾੜੀ ਨਹੀਂ ਸੀ ਉਦੋਂ, ਮੈਂ ਤਾਂ ਵਗ ਗਿਆ, ਮੈਂ ਤਾਂ ਬੰਦੇ ਨੂੰ ਪਛਾਣ ਲੈਣਾ, ਮੈਂ ਤਾਂ ਅੱਖ ਪੜ ਲਈ ਤੀ ਇਹਨਾਂ ਦੀ, ਕਹਿੰਦਾ ਸਾਲਾ ਜਿਹਾ ਸਾਲਾ, ਨੌ ਪਤਾ ਨਹੀਂ ਕਿ ਨੌ ਵੀ ਕੁੜੀਆਂ ਵਰਗਾ ਗੱਗੀ। ਹੋ ਤੂੰ ਮੇਰੀ ਗੱਲ ਸੁਣ, ਪਹਿਲਾਂ ਤਾਂ ਐਂ ਦੱਸ, ਮੇਰਾ ਸਾਲਾ ਸਰਪੰਚ ਵਾਲਾ ਕੀ ਰੌਲਾ ਜਿਹਾ ਪੈ ਗਿਆ ਸੀ ਉੱਥੇ? ਹੋ ਉਹ ਨਾ ਪੁੱਛ, ਉਹ ਤਾਂ ਹੁਣ ਤੂੰ ਆਪਦਾ ਪੰਚਾਇਤ ਕਰ, ਕੱਠੀ ਕੁਛ ਕਰ, ਨਹੀਂ ਮੈਂ ਉਹਦੇ ਕਹਾੜੀ ਫੇਰੂ, ਕਤੀਆ ਫੇਰੂ ਉਹਦੇ, ਮੈਂ ਇਹ ਕੰਮ ਨਹੀਂ ਆਪਾਂ ਕਰਨੇ, ਇਹ ਜੀ ਹਮਾਕਤ ਨਾ ਕਰਦੀ, ਉਹ ਆਪਦੀ ਬਹੂ ਨੂੰ ਲੈ ਕੇ ਗਿਆ, ਮੇਰੀ ਬਹੂ ਨੂੰ ਛੱਡ ਕੇ ਆਇਆ, ਹੈਂ, ਕੱਲ ਮੈਨੂੰ ਹੋਰ ਲੱਗ ਗਿਆ ਮੇਰਾ ਬਲੱਡ, ਮੱਲਾ ਤੈਨੂੰ ਬਹੁਤ ਟਾਈਮ ਦਾ ਕਹਿੰਦਾ ਸੀ, ਮੈਂ ਤਾੜ ਹੀ ਗਿਆ, ਮੇਰਾ ਪੁੱਤ ਹੈ ਮਹਾਂ ਰੋਲਚੂ, ਕਾਹ ਤੋਂ ਮਹਾਂ ਕਾਹ ਤੋਂ ਇਹੋ ਜਿਹਾ ਕੰਮ ਕਰਨਾ, ਮੈਂ ਤਾਂ ਨਹੀਂ ਬੋਲਿਆ, ਹੁਣ ਤੂੰ ਮੇਰੀ ਸੁਣ, ਕੱਲ੍ਹ ਮੈਂ ਸਵੇਰੇ ਜਾਂਦਾ ਪੰਤ ਕੋਲ, ਮੈਂਬਰ ਨਹੀਂ ਹੈ ਨਾਲੇ ਭੋਲਿਆ, ਉਹਦੇ ਕੋਲ ਚਾਰ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਰਾਏ ਕਰਦਾ ਵੀ ਆਪਾਂ ਪੰਚਾਇਤ ਬਿਠਾਈਏ ਜਾਂ ਨਹੀਂ, ਹੈ ਤੂੰ ਐਂ ਕਰ, ਆਹ ਸਕੂਟਰ ਜਿਹਾ ਖੜਾ ਆ ਭੋਲੇ ਦਾ, ਉਹ ਗਾਲਾ ਦਊਗਾ ਫਿਰ ਤੈਨੂੰ ਪਤਾ, ਵੱਢ ਖਾਣਾ ਹੈ, ਮੈਂ ਹੁਣ ਮੱਥੇ ਮਾਰੇ ਲੈਣਾ, ਮੈਂ ਮੁੜ ਕੇ ਵੱਢ ਪੈਂਦਾ ਫਿਰ, ਉਹਦਾ ਮੈਨੂੰ ਵੀ ਨਹੀਂ ਬਖਸ਼ਦਾ, ਮੈਂ ਜਾਣਾ ਉਹ, ਪਰ ਇਹਦੇ ਨਾਲ ਉਹ ਬਰਾਂ ਨੂੰ ਮੈਂ ਕਰਦਾ ਸਵੇਰੇ ਗੱਲ ਕਰਦਾ, ਹਾਂ ਆਪਦਾ ਸਕੂਲ ਜਾਈ ਸਵੇਰੇ, ਹਾਂ ਤੜਕੇ ਦਾ ਸਾਨੂੰ ਪੜਾ ਕੇ, ਹਾਂ ਮੇਰੇ ਕੋਲ ਘਰੇ ਆ ਜੀ, ਚੰਗਾ, ਭੋਲੇ ਨਾਲ ਨਾ ਬੋਲੀ ਬਾਲਾ, ਨਾ ਉਹ ਤਾਂ ਹੀ ਪੈਂਦਾ ਵੱਢ ਖਾਣ ਨੂੰ, ਹਾਂ ਚੁੱਪ ਕਰਕੇ ਆ ਜੀ, ਖੜਾ ਕੇ ਕਹਿ ਤੇਲ ਪਵਾਤਾ ਤੀ, ਮੈਂ ਰੋਟੀ ਲੈ ਦੇ, ਬੇਟਾ ਕਿਵੇਂ ਹੋ? ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬੇਟਾ, ਦਲਬੀਰ ਆ ਜੀ ਮੈਂ, ਹਾਂ ਠੀਕ ਹੈ ਭਾਈ, ਹਾਂ ਜੀ ਹਾਂ, ਆ ਲਓ ਜੀ ਚਾਬੀ ਮੋਟਰਸਾਈਕਲ ਤੁਹਾਡਾ, ਮੈਂ ਉੱਧਰ ਲਾਤਾ ਜੀ ਸਾਹਮਣੇ, ਅੱਛਾ ਹਾਂ ਜੀ, ਹੋਰ ਭਾਈ ਸਹੁਰਾ ਤੋਂ ਆ ਗਿਆ? ਹਾਂ ਜੀ ਆ ਗਿਆ ਜੀ, ਖੈਰ ਸੁੱਖ ਤੇ? ਹਾਂ ਹਾਂ ਵਧੀਆ ਤੇ ਜੀ, ਸਾਰਾ ਮਾਹੌਲ ਠੀਕ ਤੇ, ਮੈਂ ਬਸ ਜੀ ਰੋਟੀ ਖਾ ਲਓ, ਕੋਈ ਨਾ ਕੋਈ ਕਿਚ, ਹੋਰ ਭਾਈ ਬਾਹਰ ਜਾਣਾ ਜੀ, ਮੈਂ ਬਹੂ ਆ ਗਈ, ਬਹੂ ਆ ਗਈ, ਹਾਂ ਜੀ, ਅੱਛਾ ਹਾਂ ਜੀ, ਚਲ ਰੋਟੀ ਖਾ ਲਓ ਜੀ, ਨਾ ਨਾ ਬਸ ਖਾਓ ਬੇਟਾ, ਚਲੋ ਭਾਈ ਖੈਰ ਸੁੱਖ ਨਾਲ ਦੇ ਘਰੇ, ਕੀ ਗੱਲ, ਕੋਈ ਗੁੱਸੇ ਗਿੱਲੇ ਨਾਲ ਗਈ ਸੀ? ਨਾ ਜੀ, ਉਹ ਤਾਂ ਪੈਸੇ ਮਿਲਣ ਗਈ ਸੀ, ਹਾਂ ਪੈਸੇ ਗਈ ਸੀ, ਮਾਂ ਤੇ ਕੋਈ ਨਾ ਜੀ, ਗੁੱਸਾ ਗਿੱਲਾ ਦਾ ਕਾਹਦਾ ਜੀ, ਵਧੀਆ ਵਰਤ ਵਰਤੇ ਵਾ ਜੀ, ਮੇਰੀ ਮੰਨਦੇ ਨੇ ਕਿ ਮੇਰੇ ਸਹੁਰੇ,
रिश्तेदारी मेनू ना अज तक मिली है जी ना गां की सरपंच दसदा फिरदा सीगा बैठे नहीं सी तू मैं कोई होर ता गल है नी अपनी साले वाली तो कहिंदा ही खासा कुट्टा वी उहनां नूं बोलण बोलण दा चज नहीं हैगा उहदे साले नूं सरपंच कहिंदा ती आई हां जी कहिंदा वी उहदे वी मास्टर दे वी उत्थे मेरे सामने थापड़े थोपड़े लाए मैं आप ही बयान कर दिंदा इह गल्लां तू ना बेटा कर ढोल लवे हुण उत्थे साले नाल तां साल तां कुटदा जी मैनूं जदों मैं जदों कुटदा जी का तो कुटदा कोई तेरे च गलती होनी मेरे च की गलती है जी मैं बोल पैंदा इहनूं आपदी वाइफ नूं मेरी नौकरी बग जे सरपंच नहीं बचदा अज भी कुटे जी है अज भी कुटे तुहानूं कल कुटे मैं उत्थों आया अच्छा मेरे साल तक गर्मी बड़ी एक तो पता नहीं लगता कला बंदा कहता एक जिद कहते सौ स्यापा वो गलबात हुई पे जो मैं तुरया बीबी जी हूँ बीबी जी कह दिना चुल्हा फुट गया जी मेथो ना जो चुल्हा फुटा मेरे थप्पड़ मारे उन्हें ओरी माँ कहती भी चुल्हा ले जाओ हाँ ले जा ਕਿਹੜਾ ਮੈਂ ਫਿਰ ਉੱਥੇ ਜਾ ਕੇ ਮੈਂ ਇਹ ਕਰਕੇ ਭਾਈ ਗਲਤ ਆ ਬਸ ਸਰਪੰਚ ਛੱਡਣ ਆਉਂਦਾ ਮੇਰੇ ਤਾਂ ਫਰਜ਼ ਤੀ ਜੀ ਗਲਤ ਹੈ ਬਈ ਸਹੀ ਮੈਨੂੰ ਢੋਲਾ ਕਿਹੜੀ ਲੈ ਗਿਆ ਜੀ ਢੋਲ ਉੱਥੇ ਕੁੱਟਿਆ ਜੀ ਮੈਨੂੰ ਮੈਂ ਮੇਰੇ ਤਾਏ ਨੂੰ ਵੀ ਫੋਨ ਕੀਤਾ ਹੁਣ ਚਲੋ ਜੀ ਸੁਣ ਜੀ ਪਤੀ ਲੱਗ ਗਿਆ ਬੇਨਤੀ ਆ ਜੀ ਤੁਸੀਂ ਇਕੱਠ ਤੇ ਆਇਓ ਅਸੀਂ ਇਕੱਠ ਕਰਾਂਗੇ ਜੀ ਬੰਦਿਆਂ ਦਾ ਹਾਂ ਤੁਸੀਂ ਮੇਰੇ ਕਿਹੜੀ ਟੱਕਾ ਸਿੱਟਿਓ ਜੀ ਨਹੀਂ ਦੇਖ ਭਾਈ ਇਹੀ ਜੀ ਕੋਈ ਵਿਚਾਰ ਹੋਊਗੀ ਹੈ ਨਾ ਸਾਂਝੀ ਗੱਲ ਕਰਾਂਗੇ ਸਾਂਝੀ ਤਾਂ ਕੀ ਹੈ ਜੀ ਇਹ ਤਾਂ ਗਲਤੀ ਹੋਈ ਉਹਨੂੰ ਕਹਾਂਗੇ ਤੇਰੇ 'ਚ ਗਲਤੀ ਹੋਈ ਭਾਈ ਤੇਰੇ ਨਹੀਂ ਸਰਪੰਚ ਤੇ ਤਾਂ ਟੱਕੂਆ ਫਿਰ ਦੂਰੋਂ ਦੱਸਦੀ ਵੀ ਸਰਪੰਚ ਦੀ ਲੱਤ ਟੁੱਟੀ ਲੈ ਚੱਲ ਜਿਹੜੇ ਸੋਨੂੰ 85,000 ਦੇਤਾ ਇਹ ਨਹੀਂ ਰੜਕਦਾ ਸਾਲਾ ਸਰਪੰਚ ਅੱਖਾਂ 'ਚ ਰੜਕਦਾ ਉਹਦੇ ਭਾਵੇਂ 3 ਲੱਖ ਲੱਗ ਜੇ ਮੇਰੀ ਨੌਕਰੀ ਵਗ ਜੇ ਹੁਣ ਨਹੀਂ ਬੇਬੀ ਵਧੀਆ ਬੱਦਰੀ ਬਣਾਈ ਆ ਮਾਸਟਰ ਨੇ ਕਹਿੰਦੇ ਸਾਲੇ ਨੇ ਸਰਪੰਚ ਦੱਸਦਾ ਸੀਗਾ ਕਹਿੰਦਾ ਉਹ ਤਾਂ ਵਧੀਆ ਵੱਡਿਆ ਉਹਨਾਂ ਨੇ ਹੈ ਨਹੀਂ ਪੁੱਤ ਇਹਦੇ ਲੜਨ ਚੱਲਣ ਚੱਜ ਦੇ ਨਹੀਂ ਹੈਗੇ ਆਪਣੇ ਨਾਲ ਕੀ ਹੋ ਕੇ ਨਿਪੜਿਆ ਸੀ ਹੁਣ ਆਪਣੇ ਦਿੰਦਾ ਗੜਾ ਇੱਥੇ ਦਿੰਦਾ ਗੜਾ ਇੱਥੇ ਹੁਣ ਆਪਣੇ ਬੋਲ ਲੱਗ ਗਿਆ ਹੋਰ ਬੀਬੀ ਉਹਨੇ ਤਾਂ ਉਹ ਸਾਲਾ ਦਾ ਉਹਦਾ ਸਰਪੰਚ ਦੱਸਦਾ ਸੀ ਕਹਿੰਦਾ ਸਾਲੇ ਨੇ ਵਧੀਆ ਭੜਕਾਇਆ ਵਧੀਆ ਸਾਹਿਬ ਜਾ ਗਿਆ छुट्टी तो बाद छुट्टी लेके घर आ जाओ क्यों ਉਹ ਡਾਕਟਰ ਕੋਲ ਜਾ ਕੇ ਆਣਾ ਸੰਗਰੂਰ ਨਹੀਂ ਨਾ ਫਿਰ ਡਾਕਟਰ ਚਲਾ ਜਾਂਦਾ ਰਿਪੋਰਟਾਂ ਨਹੀਂ ਚੈੱਕ ਕਰਾਣੀਆਂ ਨੇ ਸਰਪੰਚ ਨੂੰ ਹੀ ਲੈ ਜੀ ਨਾ ਮੈਥੋਂ ਕੀ ਕਰਾਉਣਾ ਤੁਸੀਂ ਤਾਂ ਇੱਕ ਗੱਲ ਦੇ ਪਿੱਛੇ ਪੈ ਜਾ ਕਰੋ ਹੁਣ ਹੋ ਗਈ ਗਲਤੀ ਅੱਗੇ ਤੋਂ ਨਹੀਂ ਜਾਂਦੀ ਹੈਗੀ ਨਾਲੇ ਮੈਂ ਤੁਹਾਨੂੰ ਕਾਹ ਤੋਂ ਕਹਿੰਦੀ ਜੇ ਆਸ਼ਾ ਵਰਕਰ ਵਿਹਲੀ ਹੁੰਦੀ ਉਹਨੇ ਭੋਗ ਤੇ ਜਾਣਾ ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਵੀ ਆ ਜਾਓ ਛੇਤੀ ਮੈਥੋਂ ਮੂਥੋਂ ਨਹੀਂ ਬਈ ਆਇਆ ਜਾਂਦਾ ਆਪਦਾ ਇਕੱਲੀ ਵਗ ਜੀ ਆਪਾਂ ਤਾਂ ਸਕੂਲ ਜਾਂਦੇ ਆ ਤੇਰਾ ਤਾਂ ਇਹੀ ਕੰਮ ਰਹਿੰਦਾ ਜਾਣਾ ਸੋ ਲੈ ਆ ਟਿਫਨ ਵੀ ਇੱਥੇ ਹੀ ਪਿਆ ਆਕੜ ਕੰਨੇ ਜੀ ਨੇ ਟਿਫਨ ਵੀ ਨਹੀਂ ਚੱਕਿਆ ਆ ਟਿਫਨ ਤਾਂ ਲੈ ਜਾ ਆਪਦਾ ਰੱਖ ਲੈ ਕੋਲੇ ਟਿਫਨ ਮੈਨੂੰ ਕੋਈ ਲੋੜ ਨਹੀਂ ਟਿਫਨ ਟੂਫਨ ਦੀ ਮੈਂ ਤਾਂ ਉੱਥੇ ਹੀ ਖਾ ਲੂੰ ਲੈ ਰੋਟੀ
ਚਲ ਮੈਂ ਨਹੀਂ ਖਾਂਦਾ ਤੂੰ ਵਗ ਜਾ ਮੇਰੇ ਮੂਰੇ ਚਲ ਰੋਟੀ ਨਹੀਂ ਲੈ ਕੇ ਜਾਣੀ ਨਾ ਲੈ ਕੇ ਜਾ ਪੱਗ ਤਾਂ ਬਦਲ ਲੈ ਉਹੀ ਰੱਖ ਲਈ ਕੱਲ ਵਾਲੀ ਕੱਲ ਵਾਲੀ ਤਾਂ ਰੱਖੂ ਕਿੱਥੇ ਆਈ ਆ ਮੈਨੂੰ ਪੱਗ ਕਿੱਥੇ ਆ ਉਹ ਅੰਦਰ ਅਲਮਾਰੀ 'ਚ ਤਾਂ ਪਈ ਆ ਥੱਲੇ ਖਾਨੇ 'ਚ ਰੋਟੀ ਰੋਟੀ ਨਹੀਂ ਮੈਂ ਲੈਂਦਾ ਪੱਗ ਬਦਲ ਕੇ ਵਗ ਜਾਂਦਾ ਕੀ ਕਰਦਾ ਸੀ ਓਏ ਖਾਣੀ ਹੈ ਕਾਹਨੂੰ ਪੁੱਛਣਾ ਹੈ ਪੂਰੇ ਕੰਮ ਕਿੱਥੇ ਕਾਹਦਾ ਅਸਰੀ ਪਈ ਕੀ ਕਰਦਾ ਸੀ ਓਏ ਹੈ ਆਏ ਕਾਹਦਾ ਮੈਂ ਛੋਟੀ ਅੱਖ ਦੇ ਨਾਲ ਗੱਲ ਤੇ ਆਈ ਨਾ ਥਾਪੜਾ ਮਾਰਨ ਗਲਤੀ ਗਈ ਅਰੇ ਕੀ ਕਰਦਾ ਸੀ ਹੈ ਮੇਰੇ ਨਾਲ ਜੋ ਬੰਦੇ ਦੀ ਅੱਖ ਲੱਗੀ ਆਏ ਕਰੋਗੇ ਕਿਹਦਾ ਤੂੰ ਕਿਹਦਾ ਕਿਹਦਾ ਲੈ ਡੈਡੀ ਨੂੰ ਮੋਂਦਾ ਰਹੀ ਹੈ ਲੈ ਡੈਡੀ ਨੂੰ ਦੁਬਾਰੇ ਜਾਣਾ ਮਾਂ ਬਾਗ ਜਾ ਭਾਈ ਆ ਕਿਤੇ ਕੋਈ ਥਾਪੜਾ ਮਾਰਨ ਲੱਗੇ ਤੁਸੀਂ ਫੜ ਲਿਆ ਫਿਰ ਬਚ ਤੇ ਰਹੀ ਸੀ ਉਹ ਦੇਖ ਮੱਲਾ ਮੇਰੀ ਬੇਇੱਜ਼ਤੀ ਹੋ ਗਈ ਉਹ ਤਾਇਆ ਤੈਨੂੰ ਤਾਂ ਪਤਾ ਵੀ ਮੈਂ ਕਿਹੋ ਜਿਹਾ ਮੰਨਾ ਕਿਹੋ ਜਿਹਾ ਨਹੀਂ ਉਹ ਦੂਸਣ ਕਿਹੋ ਜਿਹਾ ਲੰਗਾ ਮੇਰੇ ਤੇ ਕੁੱਟਿਆ ਵਧੇਰਾ ਆਪਾਂ ਦਾ ਕਣਕ ਵਾਲੇ ਢੋਲ ਲਵੇ ਲੈ ਗਿਆ ਉਹਦਾ ਸਾਲਾ ਕਹਿੰਦਾ ਜਾ ਢੋਲ ਖਾਵਾ ਮੈਂ ਤਾਂ ਬਾਈ ਢੋਲੇ ਢੋਲ ਕੁੱਟਿਆ ਉਹਦਾ ਬੇਇੱਜ਼ਤੀ ਬਥੇਰੀ ਕਰਾਈ ਉਹਨੇ ਮੈਂ ਤਾਂ ਕਿਹੜੀ ਸੁਣ ਤੂੰ ਨਮੇੜ ਤੂੰ ਇਹ ਕੰਮ ਨਾ ਕਰ ਤੂੰ ਮੇਰੀ ਤਾਂ ਨਮੇੜ ਜਾਗਾ ਕੀ ਕੱਢੇਗਾ ਉੜਦਾ ਯਾਰ ਥੋਂ ਥੋਂ ਬਦਨਾਮ ਕਰ ਰਿਹਾ ਮੈਨੂੰ ਮੇਰੀ ਗੱਲ ਸੁਣ ਤੂੰ ਪੰਚਾਇਤ 'ਚ ਬੈਠੇਗਾ ਹੈ ਚਾਰ ਬੰਦੇ ਗੱਲਾਂ ਬਣਾਉਣਗੇ ਗੱਲ ਗਾਹਾਂ ਜਾਊਗੀ ਨਾਲੇ ਤਾਂ ਭਾਈ ਸਾਡੀ ਨੂੰਹ ਬਦਨਾਮ ਆ ਨਾਲੇ ਤੂੰ ਬਦਨਾਮ ਦਾਗ ਲੱਗ ਜੂ ਸਾਰੀ ਜ਼ਿੰਦਗੀ ਦਾ ਉਹ ਫਿਰ ਤਾਇਆ ਉਹਨੂੰ ਅਗਲ ਤਾਂ ਆਜੂਗੀ ਕਹਿੰਦਾ ਫਿਰਦਾ ਗਾ ਸਰਪੰਚ ਨਾਲ ਗਲਤ ਆ ਸਰਪੰਚ ਨਾਲ ਬਾਈ ਕਿੱਥੇ ਦੇਖ ਲਈ ਮੰਨੀ ਦੀ ਹੁੰਦੀ ਆ ਮੈਂ ਫਿਰ ਤੇਰੇ ਬਾਪੂ ਕੋਲ ਜਾਊਂਗਾ ਤੇਰੇ ਬਾਪੂ ਨਾਲ ਗੱਲ ਕਰੂ ਫਿਰ ਗੱਲ ਗਾਹ ਬਾਜੂ ਕੀ ਫਾਇਦਾ ਸਰਪੰਚਾ ਕੋਈ ਫਾਇਦਾ ਨੀ ਸਾਰਾ ਪਿੰਡ ਤੈਨੂੰ ਸਰਪੰਚ ਸਰਪੰਚ ਕਹਿੰਦਾ ਯਾਰ ਸਿਆਣੀ ਗੱਲ ਕਰ ਤੁਹਾਡੇ ਕਰਕੇ ਰੱਖੀ ਬੈਠਾ ਹੁਣ ਤੱਕ ਨਹੀਂ ਮੈਂ ਤਾਂ ਭੋਲੇ ਵੀ ਤਾਂ ਨਵੇੜੇ ਲਿਆ ਕਿੱਡਾ ਵਾਧਾ ਵੱਧ ਗਿਆ ਇੱਕ ਜਵਾਕ ਆ ਉਹ ਐਡਾ ਕਾ ਉਹ ਇਹਨਾਂ ਦਾ ਮੈਂ ਸਮਝਾ ਦੂ ਤੂੰ ਚੱਲ ਜਾ ਮੱਲਾ ਹਨਾ ਹੁਣ ਤੂੰ ਸਾਹਮਣੀ ਜੇ ਉਹਨੇ ਦੁਬਾਰੇ ਕੋਈ ਇਹੋ ਜਿਹੀ ਗੱਲ ਕਰੀ ਜਾ ਮੇਰੇ ਕਹਿੰਦੀ ਚੱਕ ਕੇ ਮੈਂ ਤਾਂ ਬਾਈ ਸਿੱਟੂ ਕੋਈ ਨਾ ਮੈਂ ਸਮਝਾ ਦੂ ਸਿੱਟੂ ਹੁਣ ਮੈਂ ਤੁਹਾਨੂੰ ਲਾਸਟ ਬਾਰੀ ਕਹਿ ਗਿਆ ਕੋਈ ਨਾ ਬਾਅਦ ਚ ਫਿਰ ਤੁਸੀਂ ਜਾ ਪੈੜਾ ਕਰ ਸਰਪੰਚਾ ਅਗਲੀ ਬਾਤ ਨੂੰ ਪੱਕਾ ਸਰਪੰਚ ਬਣਾ ਦਾਂਗੇ ਹੈ ਠੀਕ ਆ ਤਾਂ ਚੰਗਾ ਫਿਰ ਭੋਲੇ ਮੈਂ ਵੀ ਚੱਲਦਾ ਹੋਰ ਤਾਂ ਮੇਰੇ ਸਾਲੇ ਜਵਾਕ ਜੇ ਨੇ ਪੰਗੇ ਛੇੜ ਰੱਖੇ ਨੇ ਥਾਂ ਥਾਂ ਤੇ ਦਾੜੀਆਂ ਹਿਲਾਉਂਦਾ ਫਿਰਦਾ ਮੈਂ ਹੈ ਬੇਦਲ ਵੀਰੇ ਬੇ ਕਰੀਏ ਭਾਈ ਦਲਵੀਰੇ ਮਾਸਟਰ ਆ ਸੁੱਤਾ ਪਿਆ ਭਾਈ ਹਾਂ ਮਸੀ ਕਿਵੇਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੈ ਹਾਂ ਭਾਈਆ ਮਸੀ ਬੈਠੇ ਕਿਵੇਂ ਥੱਕਿਆ ਕਿਹਾ ਜਿਹਾ ਲੱਗਦਾ ਹੈ
ਮੈਂ ਜ਼ੁਕਾਮ ਜਿਹਾ ਬਾਲਾ ਹੋ ਰਿਹਾ ਮਾਸੀ ਹਾਂ ਮੌਸਮ ਹੀ ਹੋ ਰਿਹਾ ਸਕੂਲੋਂ ਆਇਆ ਦੀ ਹੁਣ ਅੱਛਾ ਪੱਗ ਲਾ ਕੇ ਪਰਨਾ ਵੜ ਰਿਹਾ ਹੁਣ ਮੈਂ ਚੱਲ ਲੈ ਲਈਏ ਬਿੰਦੋ ਦਾ ਮਾਂ ਹਾਂ ਵੇ ਮੇਰੀ ਗੱਲ ਸੁਣ ਹਾਂ ਮੈਂ ਤੇਰੇ ਲਈ ਇੱਕ ਕੰਮ ਆਈ ਤੀ ਕਿਵੇਂ ਐਂ ਦੱਸੀ ਮੈਨੂੰ ਮੱਸਿਆ ਕਿਹੜੇ ਦਿੰਦੀ ਆ ਮੱਸਿਆ ਮੈਨੂੰ ਤਾਂ ਕੀ ਪਤਾ ਮਾਸੀ ਕਿਆ ਤੂੰ ਪੜ੍ਹਿਆ ਲਿਖਿਆ ਹੈ ਪੜ੍ਹਾਉਣਾ ਬੱਚਿਆਂ ਨੂੰ ਤੈਨੂੰ ਪਤਾ ਹੋਊਗਾ ਮੱਸਿਆ ਦਾ ਸਹਿਜ ਆਉਂਦੀ ਨਹੀਂ ਹੈਗੀ ਕਿਤਾਬਾਂ 'ਚ ਤਾਂ ਲਿਖ ਦਿੰਦੇ ਨੇ ਨਾ ਮੱਸਿਆ ਤਾਂ ਕਦੇ ਲਿਖੀ ਨਹੀਂ ਵੀ ਕਿਤਾਬ 'ਚ ਮੱਸਿਆ ਸਾਇੰਸ ਇਹ ਗੱਲ ਕਹੀ ਨਹੀਂ ਰਹੀ ਵੀ ਮੱਸਿਆ ਹੁੰਦੀ ਆ ਅੱਛਾ ਫਿਰ ਆਹ ਦਸਵੀਂ ਦੱਸਦੇ ਕਿਹੜੇ ਦਿੰਦੇ ਆ ਦਸਵੀਂ ਵੀ ਨਹੀਂ ਆਉਂਦੀ ਹੈਗੀ ਕਿਤਾਬ 'ਚ ਤਾਂ ਸਾਇੰਸ ਕਹੀ ਨਹੀਂ ਰਹੀ ਵੀ ਦਸਵੀਂ ਹੈਗੀ ਆ ਮੱਸਿਆ ਦਸਵੀਂ ਪੂਰਨਮਾਸੀ ਸਾਰਾ ਕੁਛ ਲਿਖਦੇ ਨੇ ਨਾ ਨਾ ਇਹ ਆਪਣੀ ਸਾਇੰਸ 'ਚ ਨਹੀਂ ਹੈਗੀ ਸਾਇੰਸ ਇਹ ਗੱਲ ਸਿੱਧੀ ਨਹੀਂ ਕਰ ਰਹੀ ਨਾ ਮੱਸਿਆ ਨਾ ਕਾਰਸੀ ਆ ਨਾ ਦਸਵੀਂ ਹੈ ਨਾ ਚੌਦੇ ਆ ਚੌਦੇ ਵੀ ਨਹੀਂ ਆਉਂਦੀ ਆਪਣੇ ਤਾਂ ਸਾਰੇ ਆਉਂਦੇ ਨੇ ਫਿਰ ਤੂੰ ਪੜਦਾ ਨਹੀਂ ਇਹ ਨਾ ਨਾ ਜਾਲੀਆਂ ਗੱਲਾਂ ਨਹੀਂ ਇਹ ਆਉਂਦੀ ਇਹ ਬਹਿਮ ਨੇ ਸਾਰੇ ਫਿਰ ਐਂ ਦੱਸ ਵਰਤ ਵੀ ਨਹੀਂ ਆਉਂਦੇ ਇਹ ਚ ਤਾਂ ਅੱਛਾ ਫਿਰ ਇਹਨਾਂ ਬੁੜੀਆਂ ਵਰਤ ਕਰਦੀਆਂ ਨੇ ਆਉਂਦੇ ਨੇ ਵੀ ਕਰਬਾ ਚੌਥ ਇਹਦਾ ਬਹਿਮ ਨੇ ਇਹ ਤਾਂ ਸਾਇੰਸ ਕਹੀ ਨਹੀਂ ਰਹੀ ਵੀ ਇਹ ਸਾਰਾ ਕੁਝ ਹੈ ਬੇ ਫਿਰ ਤੂੰ ਮੈਨੂੰ ਐਂ ਦੱਸ ਦਲਗੀਰ ਹੈ ਹਾਂ ਗ੍ਰਹਿਣ ਕਦੋਂ ਲੱਗੂਗਾ ਹੈ ਗ੍ਰਹਿਣ ਕਦੋਂ ਲੱਗੂਗਾ ਸੂਰਜ ਨੂੰ ਹਾਂ ਸੂਰਜ ਨੂੰ ਇਹ ਗੱਲ ਆ ਰਹੀ ਹੈਗੀ ਹਾਂ ਇਹ ਆਉਂਦਾ ਮਾਸੀ ਤੂੰ ਆ ਗੱਲ ਕਰੀ ਆ ਸਪਸ਼ਟੀਕਰਨ ਕਰਦੇ ਦਾ ਆਪਾਂ ਇਹ ਹੁੰਦਾ ਚੰਨ ਨੂੰ ਗ੍ਰਹਿਣ ਲੱਗਦੇ ਨੇ ਸੂਰਜ ਨੂੰ ਗ੍ਰਹਿਣ ਲੱਗਦੇ ਨੇ ਪ੍ਰਿਥਵੀ ਨੂੰ ਵੀ ਗ੍ਰਹਿਣ ਲੱਗਦੇ ਨੇ ਸਾਰੇ ਕਸ਼ਮ ਲੱਗਦੇ ਇਹ ਆਪਾਂ ਵਹਿਮ ਕਰ ਲੈਨੇ ਇਹ ਚੀਜ਼ ਦਾ ਵੀ ਗ੍ਰਹਿਣ ਲੱਗਦੇ ਨੇ ਨਾ ਇਹ ਨਹੀਂ ਹੁੰਦਾ ਕਈ ਵਾਰੀ ਇਹ ਸੂਰਜ ਜਦੋਂ ਘੁੰਮਦਾ 365 ਦਿਨਾਂ ਦੇ ਵਿੱਚ ਧਰਤੀ ਚੱਕਰ ਪੂਰਾ ਕਰਦੀ ਆ ਸਾਲ ਦੇ ਵਿੱਚ ਸੂਰਜ ਦੇ ਆਲੇ ਦਾਲੇ ਗੇੜਾ ਦੇ ਦਿੰਦੀ ਆ ਕਈ ਵਾਰੀ ਉਦੋਂ ਕਈ ਵਾਰੀ ਧਰਤੀ ਖੜ ਵੀ ਸਕਦੀ ਆ ਜਾਂ ਕਿਵੇਂ ਉਦੋਂ ਸੂਰਜ ਇੱਧਰ ਉੱਧਰ ਹੋ ਜਾਂਦਾ ਉਦੋਂ ਅੱਧਾ ਰਹਿ ਜਾਏ ਜਾਂ ਕਿਵੇਂ ਲਾਈਟ ਘੱਟ ਜਾਂਦੀ ਆ ਸੂਰਜ 'ਚੋਂ ਉਦੋਂ ਗ੍ਰਹਿਣ ਲੱਗ ਜਾਂਦੇ ਨੇ ਇਹਨੂੰ ਕਹਿ ਦਿੰਦੇ ਨੇ ਗ੍ਰਹਿਣ ਲੱਗਣਾ ਅੱਛਾ ਤੇਰੇ ਵਾਲਾ ਗ੍ਰਹਿਣ ਕਿਵੇਂ ਬਣਿਆ ਤੈਨੂੰ ਵੀ ਲੱਗ ਰਿਹਾ ਗ੍ਰਹਿਣ ਤਾਂ ਗ੍ਰਹਿਣ ਤੇ ਤਾਂ ਭਾਰਾ ਲੱਗਿਆ ਹੋਇਆ ਮੈਨੂੰ ਗ੍ਰਹਿਣ ਇਹ ਆਏ ਨਹੀਂ ਉਹ ਲੋਟ ਹੁੰਦਾ ਮਾਸੀ ਤੂੰ ਤਾਂ ਜਿਵੇਂ ਡੁੱਬ ਰਿਹਾ ਗ੍ਰਹਿਣ 'ਚ ਕਾਨੂੰ ਤੂੰ ਮਾਸੀ ਆ ਗੱਲਾਂ ਕਰ ਨਾ ਬਸ ਰੋ ਨਾ ਤੂੰ ਰੋ ਨਾ ਤੂੰ ਮੇਰੀ ਗੱਲ ਸੁਣ ਮੈਂ ਮਸਾ ਭੁੱਲ ਲੈਤੀ ਹਾਂ ਕੀ ਬਣਿਆ ਆ ਗਈ ਹੁਣ ਆ ਗਈ ਕੁਛ ਬੋਲੀ ਤਾਂ ਨਹੀਂ ਨਾ ਨਾ ਬੋਲਣਾ ਤਾਂ ਕੀ ਆ ਉਹ ਕਮਲਾ ਟੱਬਰ ਹੈ ਨਹੀਂ ਗਈ ਹੈ ਨਹੀਂ ਗਈ ਕੁੱਟਿਆ ਮੈਨੂੰ ਇਹਨਾਂ ਨੇ ਉੱਥੇ ਕਮਲਿਆਂ ਨੇ ਪਤਾ ਤਾਂ ਚੁੱਪੇ ਮੈਂ ਇਹੀ ਸੋਚੀ ਜਾਂਦਾ ਸੀ ਮੈਂ ਕੀ ਕਰਾਂ ਸਰਪੰਚ ਹੱਥ ਤੇ ਚੜੀ ਫਿਰ ਤੂੰ ਮੇਰੀ ਗੱਲ ਸੁਣ ਕਿੰਨੇ ਕੁ ਸੱਟਾਂ ਮਾਰੀਆਂ ਤੇਰੇ ਸੱਟਾਂ ਤਾਂ ਐਂ ਤਾਂ ਨਹੀਂ ਮਾਰੀਆਂ ਹਾਂ ਆਇਆ ਹੀ ਮਾਰੀ ਗਿਆ ਕਹਦਾ ਸਾਲਾ ਤੂੰ ਸਿੱਧੇ ਹੱਥ ਦੇ ਮਾਰੀ ਗਏ ਮਾਂ ਕਿਤੇ ਜਿਵੇਂ ਪਟਾ ਚੱਲਦਾ ਹੁੰਦਾ ਐ ਮਾਰੀ ਗਿਆ ਮਾਂ ਕਿਤੇ ਅਧਰੂ ਨਹੀਂ ਤੇਰੇ ਪਸਲੇ ਪੁਸਲੇ ਨਾ ਨਾ ਗੁੱਜੀਆਂ ਤਾਂ ਨਹੀਂ ਲੱਗਿਆ ਗੁੱਜੇ ਇੱਕ ਥੱਪੜ ਮਾਰਿਆਗਾ ਮੈਂ ਤਾਂ ਹੁਣ ਮੇਰੇ ਤਾਏ ਨੂੰ ਕਹਿਤਾ ਸੀ ਤਾਂ ਬੰਦੇ ਇਕੱਠੇ ਕਰਕੇ ਮਖਤਿਆਰੇ ਨੂੰ ਕਹੇ ਹੈ ਮਖਤਿਆਰੇ ਨੂੰ ਉਸੇ ਨੂੰ ਸਮਝੌਤਾ ਕਰਕੇ ਸੀ ਬਸ ਉਹ ਕਰਾਂਗੇ ਨਾ ਸਾਡਾ ਕੱਟ ਹੈ ਇਹਦੇ ਨਾਲ ਮੈਂ ਤਾਂ ਤਲਾਕ ਦੂੰ ਨਾ ਤਲਾਕ ਨਾ ਦੇ ਤਲਾਕ ਨਾ ਦੇ ਮਨ ਦੀ ਵਧੀਆ ਠੀਕ ਹੈ ਤਲਾਕ ਨਾ ਦੇ ਨਹੀਂ ਨਹੀਂ ਦਲਗੀਰੇ ਹੌਸਲਾ ਰੱਖਿਆ ਕਰ ਪੁੱਤ ਹੌਸਲਾ ਕਿੱਥੋਂ ਰੱਖਾਂ ਮਾਸੀ ਨਹੀਂ ਨਹੀਂ ਮੇਰੇ ਬੱਚੇ ਹੌਸਲਾ ਰੱਖ ਅਸੀਂ ਤੇਰੇ ਨਾਲ ਆ ਸਾਰੇ ਕਾਹਨੂੰ ਤੁਸੀਂ ਤਾਪੇ ਦੇ ਨਾਲ ਅਸੀਂ ਤੇਰੇ ਨਾਲ ਆ ਸਾਰੇ ਤੂੰ ਡੋਲ ਨਾ ਜੰਮੀ ਉਹਦੀ ਛਿੱਦੀ ਪਤਲੀ ਕਰਾਂਗੇ ਮੇਰੀ ਗੱਲ ਜਾ ਜਾਂਦੀ ਵੀ ਮੇਰੇ ਐ ਥੱਪੜ ਮਾਰੇ ਗੱਲ ਕੀ ਠੀ ਦੀਗੀ ਉਹ ਮੇਰੇ ਧਰਤੀ ਮੋਟਰਸਾਈਕਲ ਤੇ ਫੁੱਟ ਗਈ ਉਹ ਹੁਣ ਮਿੱਟੀ ਆ ਹਾਂ ਮਿੱਟੀ ਉਹ ਤਾਂ ਟੁੱਟ ਜਾਂਦੀ ਪੁੱਤ ਮੇਰੇ ਥੱਪੜ ਮਾਰਿਆ ਕਿਹਨੇ ਮਾਰਿਆ ਉਹਨੇ ਬੋਲੇ ਕਮਲੇ ਨੇ ਹਾਏ ਬੇ ਬਿਤੇ ਤਾਂ ਕਿਸਮਤ ਤੇ ਫੁੱਟ ਮੈਂ ਇੱਕ ਰੈਂਕ ਦੀ ਮਾਸਟਰ ਨਾ ਪਰ ਮਤਲਬ ਸਕੂਲ ਚੋਂ ਵੀ ਮੈਡਮ ਦਾ ਝਟਕਾ ਖਾਨਾ ਉਹ ਮਨੋਜ ਗੁਪਤਾ ਬੋਲਣ ਲੱਗ ਜਾਂਦੀਆਂ ਕਦੀ ਤੈਨੂੰ ਐ ਆਉਂਦਾ ਨਹੀਂ ਪੜਾਉਣਾ ਏ ਹੁਣ ਵੀ ਮੈਂ ਕਿਹੜਾ ਦੱਸ ਹਣਾ ਵੀ ਐਮ ਫਿਲ ਕਰੀ ਫਿਰਦਾ ਤੀ ਉਦੋਂ ਭਰਤੀਆਂ ਕਿਵੇਂ ਹੋ ਗਈਆਂ ਸਪਾਰਸੀ ਸਪਾਰਸੀ ਕਹਿ ਲਾ ਕੁਛ ਕਹਿ ਲਾ ਕਿਸਮਤ ਚ ਨੌਕਰੀ ਤੀ ਹੁਣ ਇਹ ਚ ਮੇਰਾ ਕੀ ਉਹ ਹੈਗਾ ਰਿਟਾਇਰ ਹੋ ਜੂ 2 ਸਾਲ ਮੇਰੀ ਗੱਲ ਸੁਣ ਆ ਫਿਕਰਾਂ ਚ ਤਾਂ ਹੀ ਤੇ ਰੱਖਾਂ ਤੇ ਕਾਲਸ ਪੈ ਰਹੀ ਆ ਸਹੀ ਗੱਲ ਆ ਅਸੀਂ ਮੈਂ ਖਾ ਲਿਆ ਘਰ ਵਾਲੀ ਨੇ ਖਾ ਲਿਆ ਮੈਂ ਤੇ ਦੇਖਣ ਨੂੰ ਤਾਂ ਕੋਈ ਨਹੀਂ ਲੱਗਦੀ ਸ਼ਕੀਨੀ ਸ਼ਕੂਨੀ ਤਾਂ ਬਥੇਰੀ ਲਾਉਂਦੀ ਆ ਉਹ ਚਾਹੇ ਕੁਛ ਕਰਦੀ ਆ ਅੱਛ ਕਿੰਨੀ ਜੀ ਲਾਉਣਾ ਫਟਾ ਉਹਨੂੰ ਕੱਪੜੇ ਪਵਾਉਣੋਂ ਵਧੀਆ ਕੋਈ ਨਾ ਮਾਸੀ ਫਿਰ ਤੈਨੂੰ ਦੱਸਤਾ ਫਿਰ ਵੀ ਗ੍ਰਹਿਣ ਇਹ ਲੱਗਦਾ ਉਹ ਮੱਸਿਆ ਮੁੱਸਿਆ ਚਾਉਦੇ ਕੁਛ ਨਹੀਂ ਆਉਂਦੀ ਹਾਂ ਹਾਏ ਦੇ ਮੈਂ ਤਾਂ ਤੇਲ ਨਹੀਂ ਜਾ ਗਈ ਤੀ ਹਾਂ ਕੋਈ ਨਾ ਮਾਸੀ ਪਾਗ ਜਾ ਫਿਰ ਪੰਚ ਦੀਆਂ ਨੱਕ ਨਾਲ ਲਖੀਰਾ ਕਢਾ ਦੀਆਂ ਪੁੱਤਾਂ ਕਰ ਹੱਲੇ ਕਰਾਇਆ ਆ ਮੈਨੂੰ ਪਤਾ ਤੂੰ ਪਹਿਲਾਂ ਮੇਰਾ ਉਹ ਵੀ ਸਮਝੌਤੇ ਵਾਲਾ ਵੀ ਤੈਂ ਕਰਾਇਆ ਇਹ ਵੀ ਤੂੰ ਕਰੇਗਾ ਹੱਲ ਕਰਾਤਾ ਪੁੱਤ ਮੈਂ ਤੈਨੂੰ ਦੱਸਿਆ ਹੈਗਾ ਜਾ ਕੇ ਮੈਂ ਭੋਲਾ ਸਰਪੰਚ ਵਾਲਾ ਬੁਲਾਇਆ ਸੀ ਮੈਂ ਪੰਚਾਇਤ 'ਚ ਕਾਹਨੂੰ ਜ਼ਿਆਦਾ ਕੱਟ ਕਰਨਾ ਗੱਲ ਵਧੂ ਤੇਰੀ ਘਰ ਵਾਲੀ ਬਦਨਾਮ ਹੋਊ ਆਪਾਂ ਕਿਉਂ ਘਰ ਦੀ ਇੱਜ਼ਤ ਬਾਹਰ ਖਿਲਾਰੀਏ ਬਈ ਨੱਕ ਨਾਲ ਲਖੀਰਾ ਕਢਾਈਆਂ ਮੇਰੇ ਸਾਲੇ ਤੋਂ
ਮੈਂ ਟਾਕੂਆ ਫਿਰੂੰ ਐ ਹੱਥ ਲਾ ਗਿਆ ਕੰਨਾਂ ਨੂੰ ਕਹਿੰਦਾ ਅੱਗੇ ਤੋਂ ਮੈਂ ਦਲਬੀਰ ਦੇ ਮੂਹਰੇ ਨਹੀਂ ਜਾਂਦਾ ਆਵੇ ਨਾ ਮੇਰੇ ਮੂਹਰੇ ਨਾ ਆਉਂਦਾ ਨਹੀਂ ਬਸ ਠੀਕ ਹੂੰ ਮੱਲਾ ਦੇਖ ਲਾ ਮੈਨੂੰ ਤਾਂ ਤੇਰਾ ਬਾਲਾ ਮੋਹ ਆਉਂਦਾ ਖੜ ਜਾ ਮੈਨੂੰ ਵੀ ਬਾਲਾ ਆਉਂਦਾ ਪਰ ਤੇਰੇ ਪਿਓ ਨੇ ਨਾ ਕਹਿਣੀ ਨਹੀਂ ਚਾਹੀਦੀ ਗੱਲ ਮਰ ਗਿਆ ਮਰ ਗਿਆ ਮਰ ਗਿਆ ਕਹਿਦੇ ਕੋ ਮਰ ਗਿਆ ਉਹ ਹੈ ਸ਼ਰੀਕ ਵਾਲੀ ਕਰੀ ਉਹਨੇ ਮੇਰੇ ਨਾਲ ਤੇ ਮੈਂ ਪੁਰਾਣੀਆਂ ਗੱਲਾਂ ਨੇ ਯਾਰ ਮੈਨੂੰ ਕਹਿ ਲੈਣ ਦੇ ਪੁੱਤ ਜਾ ਕਹਿਦੇ ਜੋ ਕੀ ਕਹਿੰਦੇ ਮਤਲਬ ਨੂੰ ਆਇਆ ਸਾਪਣਾ ਨਿਬੜ ਗਿਆ ਉਹਦੇ ਨਾਲ ਨਿਬੜ ਗਿਆ ਭੈਣ ਮਰਾਵੇ ਸਰਪੰਚ ਦੀ ਗੱਲ ਨਹੀਂ ਕਰਨੀ ਨਿਬੜ ਗਿਆ ਤੂੰ ਮੇਰੀ ਸੁਣ ਛੜਾ ਲੋਕ ਕੀ ਕਹਿੰਦੇ ਨੇ ਮਖਤਿਆਰੇ ਦੀ ਬਹੂ ਕਿਉਂ ਗਈ ਹਾਂ ਸੱਚ ਉਹ ਮੇਰੀ ਮਾਸੀ ਕਿਵੇਂ ਭਾਗੀ ਦੀ ਤਾਈ ਮੈਂ ਘਰ ਦਾ ਵੱਡਾ ਮੈਂ ਬਾਈ ਕੰਮ ਕਰਾ ਦੇ ਬਾਹਰ ਹੀ ਰਹਿੰਦਾ ਦੀ ਤੇਰੇ ਵਾਲਾ ਪਿਓ ਹੁੰਦਾ ਤੀ ਘਰੇ ਬਾਲਾ ਗੁੱਸੇ ਵਾਲਾ ਤੇਰਾ ਪਿਓ ਤੂੰ ਤਾਂ ਬਹੁਤ ਨਰਮ ਆ ਉਹਦਾ ਬਾਲਾ ਤੈਨੂੰ ਕਿਵੇਂ ਮੂਧਾ ਪਾ ਲੈਂਦਾ ਸੀ ਦੇਖ ਲਾ ਮੈਂ ਤਾਂ ਨੈਣਾ ਹੁੰਦਾ ਸੀ ਪਤਾ ਨਹੀਂ ਕਿਵੇਂ ਪਾ ਲੈਂਦਾ ਸੀ ਹਾਂ ਨਾ ਪਾਉਂਦਾ ਸੀ ਤੈਨੂੰ ਮੈਂ ਦੱਸੂ ਤੇ ਉਹ ਕੀ ਕਹਿੰਦਾ ਮੇਰੇ ਘਰ ਵਾਲੀ ਥੋੜ੍ਹੀ ਜਿਹੀ ਬੋਲ ਪੜਾ ਕਾ ਛੇਤੀ ਨਮੇੜ ਫਿਰ ਉਹ ਉਹਨੂੰ ਭਾਈ ਕੁੱਟਦਾ ਮਾਰਦਾ ਤੇ ਭਾਈ ਜਦੋਂ ਮੈਂ ਇੱਕ ਪੈਣ ਤੋਂ ਘਰੇ ਆਇਆ ਹੋ ਮੈਨੂੰ ਕਹਿੰਦੀ ਤੇਰਾ ਭਾਈ ਮੈਨੂੰ ਕੁੱਟਦਾ ਤੂੰ ਵਿਆਹ ਕੇ ਲਿਆਇਆ ਉਹਦਾ ਕੀ ਹੱਕ ਮੈਨੂੰ ਕੁੱਟਣ ਦਾ ਬਿਲਕੁਲ ਹੱਕ ਨਹੀਂ ਸਹੀ ਤੀ ਅਗਲੀ ਅੱਛਾ ਮੈਂ ਗਿਆ ਤੇਰੇ ਪਿਓ ਕੋਲ ਹਾਂ ਬਾਕੀ ਤੇਰੇ ਪਿਓ ਨੇ ਤਾਂ ਮੇਰੇ ਉਂਗਲ ਦਾ ਦੀ ਭਾਈ ਅੱਛਾ ਭੜਕਾ ਤਾ ਹਾਂ ਚੱਕ ਤੇਰੀ ਹਾਂ ਚੱਕ ਤਾ ਕਹਿੰਦਾ ਮਖਦੇ ਆ ਰਿਹਾ ਮੈਂ ਹਾਂ ਕਹਿੰਦਾ ਤੇਰੇ ਘਰ ਵਾਲੀ ਦਾ ਕਲਤ ਹੈ ਅੱਛਾ ਮੇਰਾ ਤਾਂ ਭੈਣ ਦਾ ਬਲੱਡ ਵੱਧ ਗਿਆ ਕਪਾਇਨਾ ਦੇ ਧੱਕੇ ਖਾਂਦਾ ਇਹ ਬਈ ਇੱਥੇ ਗੁਲ ਸਰ ਲੇੜ ਆਉਂਦੀ ਹੈ ਇੰਨੀ ਕੁ ਪਈ ਤੀ ਤੇਰੇ ਪਿਓ ਕੋਲ ਅੱਛਾ ਦਾਰੂ ਹਾਂ ਅਸੀਂ ਖਿੱਚਿਆ ਮੈਂ ਤਾਂ ਠੀਕ ਆ ਲਾ ਕੇ ਪੈਗ ਘਰੇ ਜਾ ਕੇ ਮੈਂ ਤਾਂ ਧੌਣੇ ਧੌਣ ਕੁੱਟੀ ਵੱਡੀ ਵੱਡੀ ਫਿਰ ਕੀ ਮੱਲਾ ਫਿਰਦਾ ਥਾਣੇ ਕਚਹਿਰੀਆਂ 'ਚ ਹੀ ਨਿਪੜੇ ਅੱਛਾ ਹੁਣ ਉਹ ਵੀ ਕਦੇ ਕਦਾਈ ਆ ਨਾ ਜਿੱਦੇ ਮੈਂ ਫੋਨ ਕਰਕੇ ਕਹਿੰਦਾ ਮੇਰਾ ਤਾਂ ਜੀ ਨਹੀਂ ਲੱਗਦਾ ਜੂਬੀ ਨੂੰ ਬੁਲਾ ਕੇ ਲੈ ਜਾਂਦਾ ਘਰ ਘਰ ਇਹੀ ਹਾਲ ਆ ਮੇਰਾ ਵੀ ਘਰ ਦੇਖ ਲਾ ਬਸ ਗਿਆ ਦੁਬਾਰੇ ਉੱਜੜ ਗਿਆ ਸੀ ਜਿਵੇਂ ਨੌਕਰੀ ਬਚ ਗਈ ਹੁਣ ਮੇਰੀ ਜਨਾਨੀ ਬਚ ਗਈ ਠੀਕ ਹੈ ਸਰਪੰਚ ਤਾਂ ਨੀ ਹੁਣ ਆਉਂਦਾ ਮੈਨੂੰ ਪਰ ਇੱਕ ਗੱਲ ਰੜਕਦੀ ਆ ਮੱਲਾ ਕਿਵੇਂ ਮਰਾ ਸਾਲਾ ਜਨਾਨੀ ਵਰਗਾ ਨਾ ਤੇਰੇ ਦੇ ਹੱਥ ਚੱਕ ਗਿਆ ਹਾਂ ਭੁੱਲ ਗਿਆ ਸੀ ਮੈਂ ਤਾਂ ਵਿੱਚੋਂ ਮੈਂ ਨੀ ਭੁੱਲਦਾ ਮੱਲਾ ਮੇਰੇ ਤਾਂ ਇੱਥੇ ਹੈ ਇੱਥੇ ਭੁੱਲ ਗਿਆ ਸੀ ਮੇਰੇ ਦਾ ਟੱਟ ਚਾ ਮੈਂ ਨੀ ਭੁੱਲਦਾ ਚਾਚਾ ਤਾਇਆ 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 ਮਾਰਿਆ ਨਾ ਕਰ ਮੈਂ ਉਹਨੂੰ ਮੇਰੀ ਅੱਖ ਥੱਲੇ ਦਾ ਰੜਕਦਾ ਤਾਕੜਾ ਮੈਥੋਂ ਦੇ ਚ ਮੈਂ ਕਿਵੇਂ ਕੁੱਟਾਂ ਬੰਦੇ ਲਾਵਾਂ ਉਹਦੇ ਮਗਰ ਕੇ ਕਿਵੇਂ ਕਰਾਂ ਦਾਰੂ ਪਿਲਾ ਕੇ ਤਾਂ ਜਨਾਨੇ ਕੰਮ ਕਰਦੇ ਉਹਨਾਂ ਨੇ ਇਹ ਜਿਹਾ ਆਪਾਂ ਮਰਦ ਵਾਲੀ ਕਰਾਂਗੇ ਆਪਾਂ ਦਾਰੂ ਪਿਲਾਉਂਦੇ ਨੀ ਆਪਾਂ ਦਾਰੂ ਪੀ ਕੇ ਜਾਵਾਂਗੇ ਮੇਰੇ ਸਾਲੇ ਨੂੰ ਘਰੇ ਜਾ ਕੇ ਕੁੱਟ ਕੇ ਆਵਾਂਗੇ ਅੱਜੇ ਅੱਜੇ ਮੈਂ ਕਰਦਾ ਭੋਲੇ ਨਾਲ ਗੱਲ ਮੋਟਰਸਾਈਕਲ ਚੱਕਦਿਆ ਉਹਦਾ ਪਾ ਪਾ ਅੱਜੇ ਵੱਢ ਕੇ ਆਵਾਂਗੇ ਜਿਵੇਂ ਮੇਰੇ ਪੁੱਤ ਦੇ ਮਰਿਆ ਨਾ ਹੈ ਮੇਰੀ ਨੂੰਹ ਸਾਹਮਣੇ ਮੇਰੇ ਪੁੱਤ ਦੀ ਬੇਇੱਜ਼ਤੀ ਕਰੀ ਆ ਨਾ
ਨਾ ਚੱਲਦੇ ਆਪਾਂ ਬੱਲਾ ਟਾਗੂ ਮੰਗ ਕੇ ਲਵਾਂਗੇ ਲੱਤ ਤੋੜੂ ਸਰਪੰਚ ਦਾ ਬਚ ਗਿਆ ਅੱਗੇ ਖੜਾ ਮੈਂ ਡੁੱਲੀ ਜਾਂਦਾ ਮੈਂ ਜਾਂਦਾ ਭੋਲੇ ਤੋਂ ਲਿਆਉਣਾ ਮੈਂ ਮੋਟਰਸਾਈਕਲ ਹੈਂ ਆ ਗਿਆ ਚੱਲੀ ਉਹ ਮੇਰੇ ਸਾਲ ਦਾ ਦਿਲ ਨੂੰ ਲੱਗ ਗਈ ਗੱਲ ਹੁਣ ਹੀ ਕੁੱਟ ਕੇ ਆਵਾਂਗੇ ਹੈਂ ਤੂੰ ਮੋਟਰਸਾਈਕਲ ਲਿਆ ਨਾਲੇ ਟਾਕੂ ਆ ਲਿਆ ਮੈਂ ਜਾਂਦਾ ਹਾਂ ਮੈਂ ਸਕੂਲ 'ਚ ਫੋਨ ਕਰਦਾ ਵੀ ਹੁਣ ਤਾਂ ਮੈਂ ਆਉਂਦਾ ਨਹੀਂ ਦੱਸ ਦਿੰਦਾ